ਅਗਤਾ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਏਟੀਟੀ ਦਾ ਜਿਹੜਾ ਪੰਜਾਬੀ ਦਾ ਸਿਲੇਬਸ ਉਹ ਵੀ ਮਾਸਟਰ ਕੈਡਰ ਦੇ ਨਾਲ ਜੋ ਵਿਆਕਰਨ ਦਾ ਭਾਗ ਆ ਉਹ ਮਿਲਦਾ ਤੇ ਇੱਕ ਜਿਹੜਾ ਪੰਜਾਬੀ ਦਾ ਇਤਿਹਾਸ ਉਹ ਵੀ ਮਿਲਦਾ ਵਿਆਕਰਨ ਵਾਲੀਆਂ ਜਿਹੜੀਆਂ ਵੀਡੀਓ ਉਹਨਾਂ ਦੇ ਉੱਪਰ ਲਿਖਿਆ ਹੋਇਆ ਤੇ ਪੰਜਾਬੀ ਇਤਿਹਾਸ ਦੀ ਸਹਾਇਤਕਾਰੀ ਆ ਜਿਹੜਾ ਉਹ ਵੀ ਵੀਡੀਓ ਦੇ ਉੱਪਰ ਲਿਖਿਆ ਹੋਇਆ ਇਸ ਕਰਕੇ ਜੋ ਵਿਆਕਰਨ ਵਾਲੀਆਂ ਵੀਡੀਓ ਆ ਠੀਕ ਹੈ ਜੋ ਏਟੀਟੀ ਦਾ ਪੇਪਰ ਦੇ ਰਹੇ ਆ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਆਵੇਗੀ ਵਿਆਕਰਨ ਦੇ ਭਾਗ ਹੀ ਆਉਣਗੇ ਠੀਕ ਹੈ ਇਸ ਕਰਕੇ ਧਿਆਨ ਨਾਲ ਦੇਖ ਲਿਆ ਕਰਨਾ ਵਾਕ ਵਾਕਬੋਧ ਨਾਮ ਪਰਨਾਮ ਸਭ ਕੁਝ ਹੀ ਆ ਇਸ ਦੇ ਵਿੱਚ ਠੀਕ ਹੈ 216 ਨੰਬਰ ਆਪਾਂ ਪ੍ਰਸ਼ਨ ਕਰ ਰਹੇ ਹੱਥਾਂ ਦੀ ਮੈਲ ਅਰਥ ਹੈ ਹੱਥਾਂ ਦੀ ਮੈਲ ਦਾ ਅਰਥ ਹੈ ਤਿੰਨ ਨੰਬਰ ਉੱਤਰ ਚਾਹੀਏ ਇਸ ਦਾ ਹੱਥਾਂ ਨਾਲ ਕਮਾਈ ਹੋਈ ਵਸਤੂ ਜਾਂ ਧਨ ਮਤਲਬ ਅਜਿਹੀ ਚੀਜ਼ ਜੋ ਇਨਸਾਨਾਂ ਤੋਂ ਉੱਪਰ ਨਹੀਂ ਇਨਸਾਨਾਂ ਤੋਂ શ્રેષ્ઠ ਨਹੀਂ ਇਨਸਾਨਾਂ ਤੋਂ ਨੀਵੀਂ ਨੀਵੀਂ ਚੀਜ਼ ਆ ਉਹਨਾਂ ਦੇ ਹੱਥਾਂ ਦੀ ਮੈਲ ਹੈ। ਇਨਸਾਨਾਂ ਨਾਲੋਂ ਇਹਨਾਂ ਨੂੰ ਇਸ ਚੀਜ਼ ਨੂੰ ਉੱਪਰ ਨਹੀਂ ਰੱਖਿਆ ਜਾ ਸਕਦਾ। 217 ਨੰਬਰ ਸੀ ਸਾਨਾਂ ਦਾ ਭੇਡ ਤੇ ਝੁੰਡਾਂ ਦਾ ਨਾਸ਼ ਹੈ। ਇਹ ਹੈ ਅਖੌਤ ਜਿਨ੍ਹਾਂ ਨੂੰ ਅਖਾਣਾ ਵੀ ਕਹਿ ਦਿੱਤਾ ਜਾਂਦਾ ਹੈ ਇਹ ਅਖਾਣਾ ਇਹਨਾਂ ਦੀ ਪਛਾਣ ਹੋ ਜਾਂਦੀ ਹੈ ਆਪਣੇ ਆਪ। ਅੱਗੇ ਹੈ ਅੱਗ ਦੇ ਭਾ। ਇਸਦਾ ਉੱਤਰ ਸੀ 3 ਨੰਬਰ ਮੁਹਾਵਰੇਦਾਰ ਵਾਕ ਅੰਚ ਮਤਲਬ ਮੁਹਾਵਰੇ ਵਰਗਾ ਵਾਕ ਤੇ ਉਸ ਵਾਕ ਦਾ ਅੰਚ ਮਤਲਬ ਟੋਟਾ ਵਾਕ ਦਾ ਅਜਿਹਾ ਟੋਟਾ ਅੰਚ ਜੋ ਮੁਹਾਵਰੇ ਵਰਗਾ ਉਸ ਨੂੰ ਕਿਹਾ ਜਾਂਦਾ ਹੈ ਮੁਹਾਵਰੇਦਾਰ ਵਾਕ ਅੰਚ ਅੱਗੇ ਹੈ ਦਸਾਂ ਨੋਹਾਂ ਦੀ ਕਮਾਈ ਦਸਾਂ ਨੋਹਾਂ ਦੀ ਕਮਾਈ ਇਹ ਕੀ ਹੈ ਤਿੰਨ ਨੰਬਰ ਉੱਤਰ ਸੀ ਇਸ ਦਾ ਮੁਹਾਵਰੇਦਾਰ ਵਾਕ ਅੰਚ ਜਿਹੜੇ ਮੁਹਾਵਰੇਦਾਰ ਵਾਕਾਂਸ਼ ਹੁੰਦੇ ਆ ਉਹਨਾਂ ਦੀ ਪਹਿਚਾਣ ਇਹ ਵੀ ਹੁੰਦੀ ਆ ਕਿ ਉਹਨਾਂ ਦੇ ਵਿਚਕਾਰ ਦਾ ਦੇ ਦੀ ਸੰਬੰਧਕ ਲੱਗੇ ਹੁੰਦੇ ਆ ਠੀਕ ਆ ਇਹ ਵਾਕ ਵਰਗੇ ਹੁੰਦੇ ਆ ਦਾ ਦੇ ਦੀ ਵਰਗੇ ਜਿਹੜੇ ਸੰਬੰਧਕ ਉਹਨਾਂ ਨਾਲ ਦੇਖ ਲਿਆ ਕਰਨਾ ਅੱਗੇ ਹੈ ਓੜ-ਪੋੜ ਓੜ-ਪੋੜ ਕੀ ਹੈ ਇਸ ਦਾ ਉੱਤਰ ਸਾਰੇ ਹੀ ਵਿਦਿਆਰਥੀਆਂ ਦਾ ਗਲਤ ਗਿਆ ਇਹ ਵੀ ਹੈ ਮੁਹਾਵਰੇਦਾਰ ਵਾਕਾਂਸ਼ ਇਹ ਸਮਾਸੀ ਸ਼ਬਦ ਨਹੀਂ ਹੈ ਇਸ ਨੂੰ ਆਪਾਂ ਅਗਲੇ ਪ੍ਰਸ਼ਨਾਂ ਦੇ ਵਿੱਚ ਸਮਝਦੇ ਹਾਂ ਜੋ ਨੀਚੇ ਆ ਇਸੇ ਵਿੱਚ ਹੀ ਸਮਝਦੇ ਹਾਂ ਠੀਕ ਹੈ ਅਗਲੇ ਕਰਕੇ ਅੱਗੇ ਹੈ ਚਿੜੀਆਕਰ ਹੈ ਇਸ ਦਾ ਉੱਤਰ ਕੀ ਸੀਗਾ ਇਸ ਦਾ ਉੱਤਰ ਹੈ ਸਮਾਸੀ ਸ਼ਬਦ ਹੁਣ ਉੱਪਰਲੇ ਚ ਔੜ-ਪੌੜ ਤੇ ਚਿੜੀਆਕਰ ਦੇ ਵਿੱਚ ਕੀ ਫਰਕ ਹੈ ਸਮਾਸੀ ਸ਼ਬਦ ਕਦੋਂ ਹੁੰਦਾ ਤੇ ਮੁਹਾਵਰੇਦਾਰ ਵਾਕਾਂਸ਼ ਇਹ ਕਦੋਂ ਹੁੰਦਾ ਮੁਹਾਵਰੇਦਾਰ ਵਾਕਾਂਸ਼ ਦੋ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਇੱਕ ਤਾਂ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੀਤਾ ਦਾ ਦੇ ਦੀ ਸੰਬੰਧਕ ਲੱਗੇ ਹੁੰਦੇ ਆ ਦੂਸਰਾ ਇਹ ਵਾਲਾ ਜਿਹੜਾ ਸਮਾਸੀ ਸ਼ਬਦ ਹੁੰਦੇ ਆ ਉਹਨਾਂ ਵਰਗਾ ਹੁੰਦਾ ਫਰਕ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਜੇਕਰ ਜੋ ਗੱਲ ਕਹੀ ਗਈ ਹੈ ਠੀਕ ਹੈ ਉਹ ਉਸੇ ਹੀ ਗੱਲ ਉਸੇ ਹੀ ਚੀਜ਼ ਨੂੰ ਕਿਹਾ ਗਿਆ ਹੋਵੇ ਫਿਰ ਤਾਂ ਹੁੰਦਾ ਸਮਾਸੀ ਸ਼ਬਦ ਜੇਕਰ ਇਸ ਤਰ੍ਹਾਂ ਦੇ ਸਮਾਸੀ ਸ਼ਬਦ ਦੇ ਅਰਥ ਉਹ ਵਾਲੇ ਨਾ ਹੋਣ ਜੋ ਚੀਜ਼ ਲਿਖੀ ਗਈ ਆ ਉਸ ਤੋਂ ਉਲਟ ਕੁਝ ਸੰਕੇਤਕ ਸ਼ਬਦ ਹੋਣ ਮਤਲਬ ਸੰਕੇਤ ਦੇ ਵਿੱਚ ਗੱਲ ਕਰ ਰਿਹਾ ਹੋਵੇ ਫਿਰ ਹੁੰਦਾ ਮੁਹਾਵਰੇਦਾਰ ਵਾਕansh ਜਿਵੇਂ ਚਿੜੀਆ ਘਰ ਮਤਲਬ ਚਿੜੀਆ ਘਰ ਇੱਕ ਚਿੜੀਆ ਘਰ ਦੀ ਹੀ ਗੱਲ ਕਰ ਰਿਹਾ ਇਹਦੇ ਵਿੱਚ ਕੋਈ ਹੋਰ ਗੱਲ ਨਹੀਂ ਕਹੀ ਗਈ ਸੰਕੇਤ ਨਹੀਂ ਕਿਸੇ ਹੋਰ ਗੱਲ ਵੱਲ ਠੀਕ ਹੈ ਸਮਾਸੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਵਿਚਾਲੇ ਇਸ ਤਰ੍ਹਾਂ ਦੀ ਡੰਡੀ ਲੱਗੀ ਹੁੰਦੀ ਆ ਪਰ ਜਿਹੜੀ ਜਿਵੇਂ ਚਾਹ ਚੂ ਇਹ ਸਮਾਸੀ ਸ਼ਬਦ ਆ ਚਾਹ ਤਾਂ ਚਾਹ ਨੂੰ ਹੀ ਕਿਹਾ ਗਿਆ ਇਹ ਤੇ ਇਸ ਦੇ ذریعے ਕਿਸੇ ਹੋਰ ਸੰਕੇਤ ਦੇ ذریعے ਗੱਲ ਨਹੀਂ ਕੀਤੀ ਗਈ ਮੁਹਾਵਰਿਆਂ ਦੇ ਵਿੱਚ ਸੰਕੇਤ ਦੇ ਵਿੱਚ ਗੱਲ ਕੀਤੀ ਜਾਂਦੀ ਆ ਉਹ ਮਹਾਵਰੇ ਹੁੰਦੇ ਆ ਜਿਵੇਂ ਓੜ-ਪੋੜ ਕੋਈ ਚੀਜ਼ ਨਹੀਂ ਕੀ ਹੈ ਕਿਸੇ ਦਾ ਨਾਮ ਨਹੀਂ ਗਾਇਆ ਹੈ ਠੀਕ ਹੈ ਇਸ ਦਾ ਮਤਲਬ ਇਹ ਕੀ ਆ ਮੁਹਾਵਰੇਦਾਰ ਵਾਕ ਅੰਸ਼ ਅਗਲੀਆਂ ਅਗਲੇ ਪ੍ਰਸ਼ਨਾਂ ਦੇ ਵਿੱਚ ਆਪਾਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਦੇ ਆਂ ਇਹ ਪ੍ਰਸ਼ਨ ਜ਼ਰੂਰ ਆਉਂਦਾ ਪੇਪਰ ਦੇ ਵਿੱਚ ਠੀਕ ਹੈ ਦੋਨਾਂ ਪੇਪਰਾਂ ਦੇ ਵਿੱਚ ਹੀ ਆਉਂਦਾ ਈਟੀਟੀ ਵਿੱਚ ਟੈਟ ਦੇ ਵਿੱਚ ਵੀ ਇਹ ਪ੍ਰਸ਼ਨ ਜਿਹੜਾ ਆਉਂਦਾ ਰਿਹਾ ਕਈ ਵਾਰ ਅੱਗੇ ਹੈ ਇੱਕ ਸੱਪ ਦੂਜਾ ਉੱਡਣਾ ਇਸ ਤਰ੍ਹਾਂ ਦੇ ਤਾਂ ਸਾਨੂੰ ਪਤਾ ਹੀ ਆ ਕੀ ਹੁੰਦੇ ਆ ਅਖਾਣ ਆਏ ਵਾਲੀ ਇੱਕ ਸੱਪ ਦੂਜਾ ਉਡਣਾ ਜਿਨ੍ਹਾਂ ਨੂੰ ਅਖੌਤ ਵੀ ਕਹਿ ਦਿੱਤਾ ਜਾਂਦਾ ਹੈ ਅੱਗੇ ਹੈ 223 ਨੰਬਰ ਅਲਖ ਮਕਾਉਣਾ ਹੈ ਇਹ ਹੈ ਇਸ ਦਾ ਉੱਤਰ ਮੁਹਾਵਰਾ 2 ਨੰਬਰ 'ਚ ਇਹ ਮੁਹਾਵਰਾ ਮੁਹਾਵਰਾ ਦੀ ਪਛਾਣ ਕੀ ਹੁੰਦੀ ਹੈ ਕਿ ਉਹਨਾਂ ਦੇ ਮਗਰ ਨਾ ਨਾਣੇ ਕੰਨਾ ਜਾਂ ਨਾਣੇ ਲਾਵਾ ਜਾਂ ਨਾਣੇ ਨੂੰ ਸਿਹਾਰੀ ਜਾਂ ਨੰਨੇ ਨੂੰ ਕੰਨਾ ਜਾਂ ਨੰਨੇ ਨੂੰ ਵਿਹਾਰੀ ਸਿਹਾਰੀ ਇਸ ਤਰ੍ਹਾਂ ਨਾਂ ਨੇ ਨੀ ਮਕਾਉਣੀ ਹਲਖ ਮਕਾਉਣਾ ਨੰਨੇ ਨੂੰ ਕੰਨਾ ਵੀ ਆ ਸਕਦਾ ਨਾਣੇ ਨੂੰ ਕੰਨਾ ਵੀ ਆ ਸਕਦਾ ਨਾਣੇ ਨੂੰ ਵਿਹਾਰੀ ਵੀ ਆ ਸਕਦੀ ਹੈ ਤੇ ਨੰਨੇ ਨੂੰ ਵਿਹਾਰੀ ਵੀ ਆ ਸਕਦੀ ਹੈ ਚਾਰ ਚੀਜ਼ਾਂ ਯਾਦ ਰੱਖਣਾ ਨਾਣੇ ਨੂੰ ਕੰਨਾ ਨਾਣੇ ਨੂੰ ਵਿਹਾਰੀ ਨੰਨੇ ਨੂੰ ਕੰਨਾ ਨੰਨੇ ਨੂੰ ਵਿਹਾਰੀ ਇਸ ਤਰ੍ਹਾਂ ਦਾ ਕੋਈ ਸ਼ਬਦ ਹੋਵੇ ਪਿੱਛੇ ਅੱਖਰ ਹੋਵੇ ਧੁਨੀ ਹੋਵੇ ਉਹ ਹੁੰਦਾ ਮੁਹਾਵਰਾ ਇਸੇ ਪ੍ਰਸ਼ਨ ਦੇ ਨਾਲ 224 ਦੇ ਨਾਲ ਸਾਰੇ ਹੀ ਸਮਝਾ ਜਾਵੇ ਕਿ ਕਿਹੜਾ ਕਥਨ ਸਹੀ ਹੈ ਮੁਹਾਵਰਿਆਂ ਦੇ ਪਿੱਛੇ ਨਾਣੇ ਕੰਨਾ ਨਾਣੇ ਵਿਹਾਰੀ ਨੰਨੇ ਕੰਨਾਂ ਨੰਨੇ ਵਿਹਾਰੀ ਆਦ ਹੁੰਦੇ ਹਨ ਇਹ ਬਿਲਕੁਲ ਠੀਕ ਹੈ ਅੱਗੇ ਹੈ ਮੁਹਾਵਰੇਦਾਰ ਵਾਕਾਂਸ਼ ਦੋ ਤਰ੍ਹਾਂ ਦੇ ਹੁੰਦੇ ਆ ਹਾਂ ਜਿਹੜੇ ਮੁਹਾਵਰੇਦਾਰ ਵਾਕਾਂਸ਼ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜਿਨ੍ਹਾਂ ਦੇ ਵਿਚਕਾਰ ਦਾ ਦੇ ਦੀ ਸੰਬੰਧਕ ਲੱਗੇ ਹੋਣ ਦੂਸਰੇ ਉਹ ਹੁੰਦੇ ਆ ਜਿਹੜੇ ਸਮਾਸੀ ਸ਼ਬਦਾਂ ਵਰਗੇ ਹੁੰਦੇ ਆ ਸਮਾਸੀ ਸ਼ਬਦਾਂ ਤੋਂ ਉਹਨਾਂ ਦਾ ਫਰਕ ਇਹ ਹੁੰਦਾ ਹੈ ਕਿ ਸਮਾਸੀ ਸ਼ਬਦ ਜਿਹੜੇ ਹੁੰਦੇ ਆ ਉਹਨਾਂ ਵਿੱਚ ਤਾਂ ਸੰਬੰਧਤ ਜੋ ਚੀਜ਼ ਦੀ ਗੱਲ ਕੀਤੀ ਗਈ ਹੈ ਉਹੀ ਚੀਜ਼ ਹੁੰਦੀ ਹੈ ਪਰ ਜੇਕਰ ਸਮਾਸੀ ਸ਼ਬਦ ਵਰਗਾ ਮੁਹਾਵਰੇਦਾਰ ਵਾਕਾਂਸ਼ ਹੋਵੇ ਉਸ ਦੇ ਵਿੱਚ ਸੰਕੇਤ ਦੇ ਵਿੱਚ ਗੱਲ ਕੀਤੀ ਜਾਂਦੀ ਆ ਮਤਲਬ ਕਿ ਆ ਕੁਝ ਹੋਰ ਹੁੰਦਾ ਉਹਦਾ ਮਤਲਬ ਕੁਝ ਹੋਰ ਹੁੰਦਾ ਅੱਗੇ ਹੈ ਤਿੰਨ ਨੰਬਰ ਮੁਹਾਵਰੇਦਾਰ ਵਾਕਾਂਸ਼ਾਂ ਵਿੱਚ ਦਾ ਦੇ ਦੀ ਸੰਬੰਧਕ ਹੁੰਦੇ ਹਨ ਇਹ ਬਿਲਕੁਲ ਠੀਕ ਆ ਜਿਵੇਂ ਆਪਾਂ ਕੀਤਾ ਸੀ ਹੱਥਾਂ ਦੀ ਮਹਿਲ ਉਸ ਦੇ ਵਿੱਚ ਦੀ ਹੈ ਠੀਕ ਆ ਇਹਦਾ ਮਤਲਬ ਕੀ ਆ ਉਹ ਮੁਹਾਵਰਾ ਨੀਗਾ ਮੁਹਾਵਰੇਦਾਰ ਵਾਕਾਂਸ਼ ਅੱਗੇ ਹੈ ਕਿਤਾਬੀ ਕੀੜਾ ਠੀਕ ਹੈ ਜੋ ਤੁਸੀਂ ਬਣ ਕੇ ਰਹਿਣਾ ਹਜੇ ਪੇਪਰ ਤੱਕ ਕਿਤਾਬੀ ਕੀੜਾ ਇੱਥੇ ਕਿਤਾਬੀ ਕੀੜੇ ਦਾ ਮਤਲਬ ਅਸਲੀ ਵਾਲਾ ਕਿਤਾਬੀ ਕੀੜਾ ਤਾਂ ਨਹੀਂ ਇੱਥੇ ਕਿਸੇ ਨੂੰ ਸੰਕੇਤ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਕੋਈ ਜੋ ਕਿਤਾਬਾਂ ਪੜ੍ਹਦਾ ਰਹਿੰਦਾ ਠੀਕ ਹੈ ਮਤਲਬ ਅਸਲੀ ਵਾਲੇ ਕੀੜੇ ਦੀ ਗੱਲ ਨਹੀਂ ਕੀਤੀ ਗਈ ਸੰਕੇਤ ਦੇ ਵਿੱਚ ਗੱਲ ਕੀਤੀ ਗਈ ਹੈ ਇਸ ਦਾ ਮਤਲਬ ਇਹ ਸਮਾਸੀ ਸ਼ਬਦ ਨੀਗਾ ਇਹ ਹੈ ਮੁਹਾਵਰੇਦਾਰ ਵਾਕ ਅੰਸ਼ ਜੇ ਇੱਥੇ ਲਿਖਿਆ ਹੁੰਦਾ ਚਿੜੀਆ ਘਰ ਚਾਚੂ ਫਿਰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਹੀ ਕਿਹਾ ਗਿਆ ਫਿਰ ਉਹਨਾਂ ਨੇ ਹੋਣਾ ਸੀ ਸਮਾਸੀ ਸ਼ਬਦ ਠੀਕ ਹੈ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਇਹ ਤੁਹਾਡਾ ਕਦੇ ਵੀ ਗਲਤ ਨਹੀਂ ਜਾਵੇਗਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਠੀਕ ਹੈ ਚੈਨਲ ਤੁਸੀਂ ਸਭ ਨੇ ਸਬਸਕ੍ਰਾਈਬ ਕੀਤਾ ਹੋਇਆ ਵੀਡੀਓ ਲਗਾਤਾਰ ਦੇਖਦੇ ਰਹੋ ਆਪਣੀ ਤਿਆਰੀ ਕਿਤਾਬਾਂ ਤੋਂ ਵੀ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ